ਗੱਲ ਅਟਕ ਜਾਂਦੀ ਹੈ। ਤੁਸੀਂ ਇੰਨੀ ਬੇਰਹਿਮੀ ਦੇ ਨਾਲ ਵੀ ਇੰਨਾ ਚਿਰ ਪਲਾਨਿੰਗ ਹੋਈ, ਇੰਨਾ ਵੈਪਨ ਇਕੱਠਾ ਹੋਇਆ, 33 ਬੰਦੇ ਤੋਂ ਪਹਿਲਾਂ ਜੇਲ੍ਹਾਂ 'ਚ ਬੰਦ ਕੀਤੇ ਹੋਏ ਨੇ ਬਿਨਾਂ ਪੈਸੇ ਤੋਂ, ਕੋਈ ਕਿਸੇ ਕੋਲ ਗਏ ਨਹੀਂ, ਸਾਰਿਆਂ ਨੇ 2-4 ਲੱਖ ਰੁਪਏ ਲਿਆ ਹੋਊਗਾ। ਇੰਨਾ ਵੱਡਾ ਬਜਟ ਹੈ, ਮੈਨੇਜ ਹੋ ਗਿਆ, ਪਰ ਕਰਨਾ ਕੋਈ ਨਹੀਂ। ਕਿਸ ਖਾਤੇ 'ਚ ਪੈਸਾ ਕਿੱਧਰ ਵੱਗ ਗਿਆ ਕੋਈ ਪਤਾ ਨਹੀਂ, ਕੈਸ਼ ਆਇਆ ਕਿ ਔਨਲਾਈਨ ਆਇਆ ਕੋਈ ਪਤਾ ਨਹੀਂ। ਵੀ ਜੇ ਸਾਡੀਆਂ ਪੜਤਾਲਾਂ ਇੰਨੀ ਕੁ ਜਾਣਕਾਰੀ ਵੀ ਨਹੀਂ ਰੱਖਦੀਆਂ, ਫਿਰ ਤਾਂ ਅਸੀਂ ਅਕਾਲ ਪੁਰਖ ਅੱਗੇ ਅਰਦਾਸ ਹੀ ਕਰਾਂਗੇ ਸੱਚੇ ਪਾਤਸ਼ਾਹ, ਜਦੋਂ ਹਾਲੇ ਤੱਕ ਸਾਡੇ ਸ਼ਬਦ ਗੁਰੂ ਨੂੰ ਇਨਸਾਫ ਨਹੀਂ ਮਿਲਿਆ, ਫਿਰ ਅਸੀਂ ਤਾਂ ਕਿਹੜੇ ਬਾਗ ਦੀ ਬੋਲੀਆਂ। ਅਤੇ ਮਹਾਰਾਜ ਅੱਗੇ ਅਰਦਾਸ ਕਰਦਾ ਕਿ ਤੁਸੀਂ ਆਪਦਾ ਇਨਸਾਫ ਵੀ ਲਿਓ, ਨਾਲ ਸਾਡੇ ਵਰਗੇ ਧਮਾਤੜਾਂ ਦਾ ਸਿਰ 'ਤੇ ਹੱਥ ਰੱਖਿਓ, ਕਿਉਂਕਿ ਸਰਕਾਰਾਂ ਤੋਂ ਬਹੁਤੀ ਜ਼ਿਆਦਾ ਉਮੀਦ ਨਹੀਂ। ਜਦੋਂ 11 ਮਹੀਨਿਆਂ 'ਚ ਵੀ ਤੁਸੀਂ ਸਾਰੇ ਸਿਆਣੇ ਹੋ, ਹਾਲੇ ਤੱਕ ਕੁਛ ਨਹੀਂ ਹੋਇਆ। ਇਸ ਤੋਂ ਅੱਗੇ ਚਲੋ ਮੈਂ ਇਹ ਵੀ ਨਹੀਂ ਕਹਿੰਦਾ ਵੀ ਨਹੀਂ ਹੋਣਾ, ਹੋ ਸਕਦਾ ਕਿਸੇ ਦੇ ਮਨ ਮਿਹਰ ਪੈ ਵੀ ਜਾਂਦੇ, ਤੁਹਾਡੇ ਸਾਰਿਆਂ ਦਾ ਚਰਨ ਛੋਹਣ ਨੂੰ ਦਿਲ ਕਰਦਾ ਵੀ ਤੁਸੀਂ ਇਸ ਗਰੀਬ ਦੇ ਨਾਲ ਜਿਹੜਾ ਮੋਢੇ ਨਾਲ ਮੋਢਾ ਲੱਗ, ਤੁਸੀਂ ਉਹਨੇ ਜਿਹੜਾ ਸਹਾਰਾ ਦਿੱਤਾ ਤੁਹਾਡਾ, ਮੈਂ ਹਮੇਸ਼ਾ ਕਰ ਜਾਈ ਨੂੰ ਪਰਮਾਤਮਾ ਤੁਹਾਡੇ ਪਰਿਵਾਰਾਂ 'ਤੇ ਤੁਹਾਡੇ ਸਿਰਾਂ 'ਤੇ ਮਿਹਰ ਭਰਿਆ ਹੱਥ ਰੱਖੇ। ਆਪਾਂ ਅਗਲੇ ਮਹੀਨੇ, ਮੈਂ 2-4 ਦਿਨਾਂ 'ਚ ਤੁਹਾਨੂੰ ਡੇਟ ਅਨਾਊਂਸ ਕਰਕੇ ਸੋਸ਼ਲ ਮੀਡੀਆ 'ਤੇ ਪਾਊਂਗਾ, ਆਪਾਂ ਬੱਚੇ ਨੂੰ ਵਿਦਾਇਗੀ ਦੇ ਦਈਏ ਇੱਕ ਵਾਰੀ, ਕਿਉਂਕਿ ਬਰਲਾਪ ਕਰਦੇ ਨੂੰ ਮੈਨੂੰ ਹੋ ਗਏ 10 ਮਹੀਨੇ। ਅਤੇ ਮੇਰੀ ਔਰ ਪਰਿਵਾਰ ਦੀ ਰਾਏ ਹੈ ਵੀ ਆਪਾਂ, ਕਿਉਂਕਿ ਜੇ ਆਪਾਂ ਅਪ੍ਰੈਲ 'ਚ ਜਾਂਦੇ ਹਾਂ ਫਿਰ ਗਰਮੀ ਜ਼ਿਆਦਾ ਹੋ ਜੂ, ਰਬਾਲੀ ਦਾ ਸੀਜ਼ਨ ਵੀ ਆ ਜੂਗਾ, ਅਤੇ ਆਪਾਂ ਸਾਰੇ ਕੋਈ, ਮੈਂ ਜ਼ਿਆਦਾ ਉਹਦਾ ਪ੍ਰਚਾਰ ਨਹੀਂ ਕਰੂੰਗਾ, ਜ਼ਿਆਦਾ ਉਹਦੇ ਕੋਈ ਬੋਰਡ ਫਲੈਕਸਾਂ ਜਾਂ ਕਿਤੇ ਇੱਦਾਂ ਦਾ ਕੁਛ ਨਹੀਂ ਹੈ। ਮੈਂ ਸਿੰਪਲ ਪ੍ਰੋਗਰਾਮ ਆਪਾਂ ਸਹਿਜ ਪਾਠ ਦਾ ਪ੍ਰਕਾਸ਼ ਕਰਾਵਾਂਗੇ, ਸਾਦਾ ਲੰਗਰ ਉੱਥੇ ਪ੍ਰਸ਼ਾਦਾ ਜਿਹੜਾ ਗੁਰਦੁਆਰੇ ਨੇੜੇ ਆਊਗਾ ਸੰਗਤ ਉੱਥੇ ਛਕੂਗੀ, ਅਤੇ ਆਪਾਂ ਕੋਸ਼ਿਸ਼ ਕਰਾਂਗੇ। ਮਾਨਸਾ ਛਾਂ ਹੁੰਦੀ ਹੈ ਸ਼ੈਡ ਦੇ ਥੱਲੇ, ਮਹਾਰਾਜ ਪ੍ਰਕਾਸ਼ ਕਰਾ ਕੇ ਉੱਥੇ ਉਹਦੇ ਭੋਗ ਪਾਵਾਂਗੇ, ਅਤੇ ਬੱਚੇ ਨੂੰ ਆਪਾਂ, ਮੇਰੇ ਦੋ ਸ਼ਬਦ ਨਹੀਂ ਕਹੇ ਜਾਂਦੇ ਕਿਉਂਕਿ ਬਰਸੀ ਉਹਨੇ ਮੇਰੀ ਕਰਨੀ ਸੀ ਔਰ ਕਰਮ ਹੈ ਉਹਦੀ, ਦੇ ਉਹਨੂੰ ਕੁਦਰਤ ਦਾ ਹੁਕਮ ਹੈ। ਕਹਿੰਦੇ ਨੇ ਜਿੱਥੇ ਅਕਾਲ ਪੁਰਖ ਖੜ੍ਹਾ ਕਰਦਾ ਬੰਦੇ ਨੂੰ ਉੱਥੇ ਖੜ੍ਹਾ ਹੋਣਾ ਪੈਂਦਾ, ਪਰ ਤੁਹਾਡਾ ਮੈਨੂੰ ਬਹੁਤ ਹੌਸਲਾ ਹੈ, ਸਾਰੇ ਧਿਆਨ ਰੱਖਿਓ, ਠੀਕ ਹੈ। ਗੁੱਸਾ ਆਪਾਂ ਨੂੰ ਵੀ ਹੈ, ਗੁੱਸਾ ਆਪਾਂ ਦਿਖਾਵਾਂਗੇ ਵੀ, ਪਰ ਆਪਾਂ ਪੀਸਫੁਲੀ, ਆਪਾਂ ਕਿਸੇ ਦੁਕਾਨਦਾਰ ਦਾ, ਕਿਸੇ ਸਰਕਾਰ ਦਾ, ਕਿਸੇ ਸਰਕਾਰੀ ਸੰਪਤੀ ਦਾ ਕੋਈ ਵੀ ਨੁਕਸਾਨ ਨਹੀਂ ਕਰਾਂਗੇ। ਜੇ ਤੁਸੀਂ ਸਹੀ ਸ਼ਬਦਾਂ ਸਿੱਧੂ ਨੂੰ ਪਿਆਰ ਕਰਦੇ ਹੋ, ਕਦੇ ਵੀ ਭੜਕਾਹਟ ਦੇ ਵਿੱਚ ਨਾ ਆਇਓ, ਉਕਸਾਹਟ ਦੇ ਵਿੱਚ ਨਾ ਆਇਓ, ਕਿਉਂਕਿ ਇਹ ਚੀਜ਼ਾਂ ਸਾਡੀਆਂ ਆਪਣੀਆਂ ਨੇ, ਆਪਾਂ ਇਹਨੂੰ ਨਸ਼ਟ ਨਹੀਂ ਕਰਨਾ, ਇਹਦਾ ਨੁਕਸਾਨ ਨਹੀਂ ਪਹੁੰਚਾਉਣਾ। ਤੁਹਾਨੂੰ ਸੰਵਿਧਾਨਿਕ ਹੱਕ ਦਿੰਦਾ, ਆਪਦੀਆਂ ਪਾਵਰਾਂ ਵਰਤੋ, ਜਦੋਂ ਮੌਕਾ ਆ ਗਿਆ ਜੇ ਨਹੀਂ ਗੱਲ ਸੁਣਗੇ ਉਦੋਂ ਨੂੰ ਬਣਦੀ ਸਜ਼ਾ ਦਿਓ। ਆਪਾਂ ਆਪਦੇ ਕਿਸੇ ਭਰਾ ਨਾਲ, ਆਪਦੇ ਕਿਸੇ ਨਾਲ ਕੋਈ ਰੰਜਿਸ਼, ਸਾਡਾ ਕੁਛ ਨਹੀਂ ਸੀ, ਸਾਨੂੰ ਜਿੱਥੇ ਪਰਮਾਤਮਾ ਨੇ ਖੜ੍ਹਾ ਕਰਤਾ ਅਸੀਂ ਸਬਰ ਕਰ ਲਿਆ, ਬਸ ਹੁਣ ਅਸੀਂ ਬੇਟੇ ਨੂੰ ਅੰਤਿਮ ਵਿਦਾਇਗੀ ਦੇਣ ਦੀ ਤਿਆਰੀ ਕਰ ਰਹੇ ਹਾਂ, ਅਤੇ ਉਸ ਤੋਂ ਬਾਅਦ ਸਬਰ ਹੀ ਹੈ ਬਸ। ਹਾਕਮ ਵੀ ਚਾਹੁੰਦੇ ਆ ਵੀ ਅਸੀਂ ਉਹਨੂੰ ਭੁੱਲ ਜਾਈਏ, ਤੁਸੀਂ ਭੁੱਲ ਸਕਦੇ ਹੋ,
ਅਸੀਂ ਤਾਂ ਆਖਰੀ ਸਾਹ ਤੱਕ ਸਿੰਘਾਂਗੇ, ਭੁੱਲ ਨਹੀਂ ਸਕਦੇ। ਮੈਂ ਸਰਕਾਰ ਨੂੰ ਕੋਈ ਨਾ ਕੋਈ ਰੋਸਾ ਦਿੰਦਾ ਰਹਿੰਦਾ ਹੁੰਦਾ, ਉਹ ਕੋਈ ਧਮਕੀ ਨਹੀਂ ਹੈ, ਉਹ ਕੋਈ ਕਿਸੇ ਨੂੰ ਡਰਾਉਣ ਲਈ ਨਹੀਂ ਹੈ, ਪਰ ਮੈਨੂੰ ਸ਼ਾਂਤੀ ਮਿਲਦੀ ਹੈ। ਪੁੱਤ ਦੀ ਲਾਸਟ ਰਾਈਡ ਭਾਵੇਂ ਮੇਰੀ ਲਾਸਟ ਰਾਈਡ ਬਣ ਜਾਏ, ਉਹਨੂੰ ਮੈਂ ਲੈ ਕੇ ਇਸ ਕਰਕੇ ਆਇਆ। ਮੈਂ ਸਵੇਰੇ ਉੱਠ ਕੇ ਕੱਪੜਾ ਉਸ 'ਤੇ ਇਸੇ ਕਰਕੇ ਮਾਰਦਾ, ਮੈਨੂੰ ਪੁੱਤ ਬੈਠਾ ਦਿਖਾਈ ਦਿੰਦਾ ਉਹਦੇ, ਉਹਦੀ ਆਤਮਾ ਇਹ ਤੁਹਾਡੀਆਂ ਅੱਖਾਂ 'ਚ ਚੁਭੂਗੀ। ਸਰਕਾਰੇ ਕੋਕੜੂ ਵਾਂਗੂ ਤਾਂ ਜੁਨੂੰ ਮੈਜਰੇ 'ਚ ਰਹੇਗਾ। ਲੱਖ ਧਮਕੀਆਂ ਦੇ ਲਓ, ਲੱਖ ਪਰਵਾਉਣ ਦੀਆਂ ਸਿਆਸਤਾਂ ਕਰ ਲਓ, ਪਰ ਜਦ ਤੱਕ ਹਾਂ ਖੰਡਾ ਖੜਕਦਾ ਔਰ ਕਹਿੰਦਾ ਸ਼ਾਂਤੀਪੂਰਵਕ, ਇਸ ਨੂੰ ਗਲਤ ਰੰਗਤ ਦੇਣ ਦੀ ਕੋਸ਼ਿਸ਼ ਨਾ ਕਰਿਓ। ਸਿੱਧੂ ਪਰਿਵਾਰ ਦੇ, ਸਿੱਧੂ ਦੇ ਚਾਹੁਣ ਵਾਲੇ ਕਦੇ ਵੀ ਕੋਈ ਗਲਤ ਕਾਰਜ ਵਿੱਚ ਸ਼ਾਮਿਲ ਨਹੀਂ ਹੋਣਗੇ। ਮੈਂ ਇਹਨਾਂ 'ਤੇ ਪ੍ਰਾਊਡ ਕਰਦੇ ਹਾਂ, ਚਾਹੁੰਦਾ ਸ਼ਾਂਤੀ ਦੇ ਨਾਲ ਆਪਾਂ ਜਿਹੜਾ ਆਪਦਾ ਸੰਘਰਸ਼ ਜਾਰੀ ਰੱਖਾਂਗੇ। ਤੁਸੀਂ ਸਾਰੇ ਆਇਓ, ਤੁਹਾਡਾ ਕੋਟਨ ਕੋਟ ਧੰਨਵਾਦ ਕਰਦਾ, ਜੀ ਕਰਦਾ ਮੈਂ ਤੁਹਾਡੇ ਸਾਰਿਆਂ ਨੂੰ ਗਲੇ ਲੱਗ ਕੇ ਮਿਲਾਂ, ਪਰ ਸੁਰੱਖਿਆ ਕਾਰਨਾਂ ਕਰਕੇ ਕੋਈ ਗੁੱਸਾ ਨਾ ਕਰਿਓ, ਮੈਂ ਇਕੱਲੇ ਇਕੱਲੇ ਨੂੰ ਨਹੀਂ ਮਿਲ ਸਕਦਾ, ਮੇਰੀ ਮਜਬੂਰੀ ਹੈ। ਔਰ ਮੈਂ ਆਊਂਗਾ ਤੁਹਾਡੇ ਕੋਲ, ਜਦੋਂ ਤੁਹਾਡੇ ਗਲੀ ਮੁਹੱਲੇ ਤੁਹਾਡੇ ਸ਼ਹਿਰ 'ਚ ਕਦੇ ਆਇਆ ਤਾਂ ਮੇਰੇ ਨਾਲ ਖੜ੍ਹੇ। ਮੈਂ ਕੋਈ ਲਾਂਭ ਲਸ਼ਕਰ ਨਾਲ ਨਹੀਂ ਲੈਣਾ, ਮੈਂ ਇਕੱਲੇ ਨਹੀਂ ਚੱਲਣਾ। ਮੈਂ ਅੱਜ ਤੱਕ ਕਿਸੇ ਪਾਰਟੀ ਨੂੰ ਅਪੀਲ ਨਹੀਂ ਕੀਤੀ, ਮੈਂ ਕਦੇ ਕਿਸੇ ਜਥੇਬੰਦੀ ਨੂੰ ਅਪੀਲ ਨਹੀਂ ਕੀਤੀ ਵੀ ਮੇਰੀ ਮਦਦ ਕਰੋ, ਨਹੀਂ। ਮੈਂ ਪਰਮਾਤਮਾ ਤੋਂ ਡਰ ਕੇ ਰਹਿਣ ਵਾਲਾ ਇਨਸਾਨ ਹਾਂ, ਮੈਂ ਗੱਲ ਕਹਿੰਦਾ, ਤੁਸੀਂ ਮੇਰੀ ਗੱਲ ਸੁਣਦੇ ਹੋ ਬਸ। ਮੈਂ ਦੋਨਾਂ ਧਿਰਾਂ 'ਚ ਗੱਲ ਰੱਖਣੀ ਚਾਹੁੰਦਾ, ਮੈਂ ਤੀਜੇ ਨੂੰ ਵਿੱਚ ਪਾ ਕੇ ਰਾਜੀ ਨਹੀਂ। ਚਲੋ ਜਿਹਨੇ ਕੋਈ ਅਫਸੋਸ ਕਰਿਆ, ਜਿਹਨੇ ਮਦਦ ਕਰੀ ਉਹਦਾ ਧੰਨਵਾਦ, ਜਿਹਨੇ ਨਹੀਂ ਕਰਿਆ ਉਹਦਾ ਵੀ ਧੰਨਵਾਦ। ਕਿਸੇ ਨਾਲ ਗੁੱਸਾ ਨਹੀਂ, ਕਿਸੇ ਨਾਲ ਗਿਲਾ ਨਹੀਂ, ਇਹ ਕਰਮਾਂ ਦੇ ਸੌਦੇ ਹੈ। ਹੋ ਸਕਦਾ ਕੋਈ ਦਾਸ ਤੋਂ ਦੋਵਾਂ ਦੇ ਬਾੜੇ ਨੂੰ ਅੱਗ ਲੱਗੀ ਹੋਵੇ, ਕਿਉਂਕਿ ਪਰਮਾਤਮਾ ਨੇ ਮੈਨੂੰ ਸਜ਼ਾ ਹੀ ਇਸ ਤਰ੍ਹਾਂ ਹੀ ਦਿੱਤੀ ਵੀ ਤੂੰ ਇਕੱਲਾ ਰਹਿਣਾ, ਤੂੰ ਪਰਿਵਾਰ ਰੱਖਣ ਦਾ ਹੱਕਦਾਰ ਨਹੀਂ ਹੈ, ਤੂੰ ਇਕੱਲਾ ਰਹਿਣਾ। ਜੇ ਮੈਨੂੰ ਇਕੱਲੇ ਨੂੰ ਸਜ਼ਾ ਦਿੱਤੀ ਹੈ ਤਾਂ ਮੈਂ ਇਕੱਲਾ ਕੱਟਣੀ ਚਾਹੁੰਦਾ। ਮੈਂ ਸਾਰੇ ਰਿਸ਼ਤੇਦਾਰਾਂ ਨੂੰ ਵੀ ਇਹ ਬੇਨਤੀ ਕਰੀ ਹੈ, ਯਾਰਾਂ ਦੋਸਤਾਂ ਨੂੰ ਵੀ ਕਰੀ ਹੈ ਵੀ ਮੈਨੂੰ ਇਕੱਲਾ ਰਹਿਣਾ। ਜੇ ਤੁਸੀਂ ਮੈਨੂੰ ਬੜਾ ਸਹਾਰਾ ਦਿਓਗੇ, ਮੈਨੂੰ ਆਦਤ ਪੈ ਜੂਗੀ, ਮੈਂ ਫਿਰ ਔਖਾ ਹੋਊਂਗਾ। ਮੈਂ ਥੋੜ੍ਹੇ ਚਿਰ ਲਈ ਉੱਠੂੰਗਾ, ਡਿੱਗੂੰਗਾ, ਤੁਰੂੰਗਾ, ਮੈਂ ਸੰਭਲੂੰਗਾ, ਮੈਨੂੰ ਆਦਤ ਪੈ ਜਾਣੀ। ਜਿਹੋ ਜਿਹੀ ਵੀ ਪਾਓਗੇ ਮੈਨੂੰ ਉਹੋ ਜਿਹੀ ਪੈ ਜਾਣੀ। ਸੋ ਅਕਾਲ ਪੁਰਖ ਦਾ ਭਾਣਾ, ਉਹਦਾ ਹੁਕਮ ਸਿਰ ਮੱਥੇ, ਔਰ ਮੈਂ ਮੰਨ ਲਿਆ ਰਹਿੰਦੀ ਜ਼ਿੰਦਗੀ ਪੁੱਤ ਦੀ ਯਾਦ ਵਿੱਚ, ਉਹਦੀ ਸੋਚ ਨੂੰ ਜਿਉਂਦਾ ਰੱਖਣ ਲਈ ਹਰ ਸੰਭਵ ਕੋਸ਼ਿਸ਼ ਕਰੂੰਗਾ। ਇੰਨੀਆਂ ਗੱਲਾਂ ਕਰਦਾ ਕੋਈ ਭਾਵ ਮਨ, ਕੋਈ ਕਿਸੇ ਨੂੰ ਗੱਲ ਠੇਸ ਪਹੁੰਚੀ ਹੋਵੇ ਤੁਸੀਂ ਮਾਫ਼ ਕਰਨ ਯੋਗ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।